ਤਾਂ ਗੌਰ ਦੇ ਨਾਲ ਵੇਖੋ ਇਸ ਤਸਵੀਰ ਨੂੰ ਜਿਸ ਦੇ ਵਿੱਚ ਨਜ਼ਰ ਆ ਰਹੇ ਨੌਜਵਾਨ ਮੋਸਟ ਵਾਂਟਡ ਨੇ ਤੇ ਪੁਲਿਸ ਦੇ ਵੱਲੋਂ ਇਹਨਾਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਗਈਆਂ ਨੇ ਤੇ ਜਾਣਕਾਰੀ ਦੇਣ ਵਾਲੇ ਨੂੰ ਪੁਲਿਸ ਵੱਲੋਂ ਇਨਾਮ ਵੀ ਦਿੱਤਾ ਜਾਵੇਗਾ। ਤਾਂ ਆਪਣੇ ਆਸ ਪਾਸ ਵੇਖੋ, ਜੇ ਕਿਤੇ ਇਹ ਨੌਜਵਾਨ ਵਿਖਦੇ ਨੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ, ਕਿਉਂਕਿ ਇਹ ਲੁਧਿਆਣਾ ਦੇ ਵਿੱਚ ਇੱਕ ਵਿਅਕਤੀ ਤੋਂ ਕਾਰ ਖੋਹ ਕੇ ਫਰਾਰ ਹੋਏ ਨੇ ਤੇ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਨੇ, ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਵੱਲੋਂ CCTV ਚੈੱਕ ਕੀਤੇ ਜਾ ਰਹੇ ਨੇ ਅਤੇ ਹੁਣ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਪਰਿਵਾਰ ਨੇ ਦੱਸਿਆ ਕਿ ਉਹ ਦਵਾਈ ਲੈਣ ਦੇ ਲਈ ਪਹੁੰਚੇ ਸੀ ਕਿ ਅਚਾਨਕ ਚਾਰ ਵਿਅਕਤੀ ਗੱਡੀ ਦੇ ਵਿੱਚ ਆ ਕੇ ਬੈਠੀ ਮਹਿਲਾ ਸਮੇਤ ਕਾਰ ਨੂੰ ਲੈ ਕੇ ਜਾਣ ਲੱਗੇ ਸੀ, ਤਾਂ ਮਹਿਲਾ ਦੇ ਪਤੀ ਦੇ ਵੱਲੋਂ ਉਸ ਨੂੰ ਖਿੱਚ ਕੇ ਬਾਹਰ ਕੱਢ ਲਿਆ ਗਿਆ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ CCTV ਦੇ ਆਧਾਰ ਤੇ ਹੁਣ ਫੋਟੋਆਂ ਲੈ ਕੇ ਆਈ ਹੈ, ਜਿਸ ਦੇ ਵਿੱਚ ਇਹਨਾਂ ਲੁਟੇਰਿਆਂ ਨੂੰ ਮੋਸਟ ਵਾਂਟਡ ਦੀ ਕੈਟੇਗਰੀ ਦੇ ਵਿੱਚ ਪੁਲਿਸ ਦੇ ਵੱਲੋਂ ਪਾਇਆ ਗਿਆ ਤੇ ਇਹਨਾਂ ਤਸਵੀਰਾਂ ਨੂੰ ਜਨਤਕ ਕੀਤਾ ਗਿਆ ਤਾਂ ਜੋ ਲੋਕ ਵੇਖਣ। ਜੇਕਰ ਇਹ ਕਿਤੇ ਵੀ ਵਿਖਦੇ ਨੇ ਤਾਂ ਪੁਲਿਸ ਨੂੰ ਜਲਦ ਤੋਂ ਜਲਦ ਸੂਚਿਤ ਕਰੋ ਅਤੇ ਸੂਚਨਾ ਦੇਣ ਵਾਲੇ ਸ਼ਖਸ ਨੂੰ ਪੁਲਿਸ ਦੇ ਵੱਲੋਂ ਇਨਾਮ ਵੀ ਦਿੱਤਾ ਜਾਵੇਗਾ। ਤਾਂ ਆਪਣੇ ਆਸ ਪਾਸ ਵੇਖੋ, ਜੇਕਰ ਇਹ ਲੁਟੇਰੇ ਤੁਹਾਨੂੰ ਕਿਤੇ ਵੀ ਦਿਖਦੇ ਨੇ ਤਾਂ ਜਲਦ ਤੋਂ ਜਲਦ ਪੁਲਿਸ ਨੂੰ ਸੂਚਿਤ ਕਰੋ, ਕਿਉਂਕਿ ਇਹ ਲੁਟੇਰੇ ਇੱਕ ਥਾਂ 'ਤੇ ਨਹੀਂ ਸਗੋਂ ਜਿੱਥੇ ਵੀ ਜਾਣਗੇ ਇਹ ਲੁੱਟਾਂ ਖੋਹਾਂ ਹੀ ਕਰਨਗੇ। ਤਾਂ ਇਸ ਤੋਂ ਪਹਿਲਾਂ ਇਹ ਵੱਡੀ ਵਾਰਦਾਤ ਨੂੰ ਅੰਜਾਮ ਦੇਣ, ਜੇਕਰ ਤੁਹਾਨੂੰ ਇਹ ਕਿਤੇ ਵੀ ਵਿਖਦੇ ਨੇ ਤਾਂ ਪੁਲਿਸ ਨੂੰ ਜਲਦ ਤੋਂ ਜਲਦ ਸੂਚਿਤ ਕਰੋ ਅਤੇ ਸੂਚਨਾ ਦੇਣ ਵਾਲੇ ਸ਼ਖਸ ਨੂੰ ਇਨਾਮ ਵੀ ਦਿੱਤਾ ਜਾਵੇਗਾ। ਤਾਂ ਇਹ ਨਾਮੀ ਲੁਟੇਰੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਕਾਰ ਨੂੰ ਲੁੱਟਿਆ ਗਿਆ ਸੀ, ਜਿਸ ਤੋਂ ਬਾਅਦ CCTV ਤਸਵੀਰਾਂ ਦੇ ਵਿੱਚ ਇਹ ਨੌਜਵਾਨ ਵਿਖੇ ਸੀ, ਤਾਂ ਪੁਲਿਸ ਦੇ ਵੱਲੋਂ ਹੁਣ ਇਹਨਾਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਗਈਆਂ ਨੇ। ਹਾਂਜੀ ਸਰ, ਕੀ ਨਾਮ? ਮੇਰਾ ਪਰਮਜੀਤ ਸਿੰਘ ਨਾਮ ਹੈ, ਮੈਂ ਗ੍ਰੀਨਫੀਲਡ ਰਹਿਣ ਵਾਲਾ। ਮੈਂ ਕਹਿਣਾ ਚਾਹੁੰਦਾ ਕਿ ਮੇਰਾ ਬੇਟਾ ਅਤੇ ਮੇਰੀ ਨੌਂ ਰਾਣੀ ਉਸ ਦਿਨ ਕੋਚਰ ਮਾਰਕੀਟ ਗਏ ਨੇ, ਜਦੋਂ ਉੱਥੇ ਕੋਈ ਵਾਕਿਆ ਵਾਪਰਿਆ ਉੱਥੇ ਚੀਜ਼ ਲੈ, ਪਹਿਲਾਂ ਦਵਾਈ ਲੈਣ ਗਏ ਸੀਗੇ, ਦਵਾਈ ਤੋਂ ਲੈਣ ਤੋਂ ਬਾਅਦ ਉਹ ਦੁਕਾਨ ਬੰਦ ਸੀਗੀ, ਦੁਕਾਨ ਬੰਦ ਤੋਂ ਬਾਅਦ ਇੱਕ ਬਰਗਰ ਰੇਹੜੀ ਤੋਂ ਕੋਈ ਆਰਡਰ ਦਿੱਤਾ ਸੀਗਾ। ਹਾਂਜੀ, ਉਹ ਬਰਗਰ ਆਰਡਰ ਦੇ ਉੱਧਰ ਪਾਸੇ ਫੇਸ ਸੀਗਾ ਅਤੇ ਇੱਕ ਨੌਂ ਰਾਣੀ ਮੇਰੀ ਵਿੱਚ ਬੈਠੀ ਸੀਗੀ। ਨੌਂ ਰਾਣੀ ਨੇ ਨਾਲ ਇਹਨੇ ਮੁੰਡੇ ਨੇ ਦੇਖਿਆ ਵੀ ਗੱਡੀ ਨੂੰ ਸੈੱਲ ਵੱਜੀ ਹੈ, ਇਹ ਭੱਜ ਕੇ ਗੱਡੀ ਵੱਲ ਨੂੰ ਵੜਿਆ ਅਤੇ 3-4 ਜਣੇ ਗੱਡੀ 'ਚ ਵੜ ਗਏ, ਗੱਡੀ 'ਚ ਵੜ ਗਏ, ਇੱਕ ਡਰਾਈਵਰ ਸੀਟ 'ਤੇ ਅਤੇ 2-3 ਪਿੱਛੇ ਸੀਗੇ, ਜਿਨ੍ਹਾਂ ਨੇ ਨੌਂ ਰਾਣੀ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਕਿ ਜਾਂ ਕੀਤੀ ਸੀ। ਹਾਂਜੀ, ਅਤੇ ਉਹ ਮੁੰਡਿਆਂ ਨੇ ਗੱਡੀ ਨੂੰ ਸੈੱਲ ਮਾਰਦੇ, ਗੱਡੀ ਸਟਾਰਟ ਨਹੀਂ ਸੀ ਹੋ ਰਹੀ ਕਿਉਂਕਿ ਉਹ ਗੱਡੀ ਦੇ ਵਿੱਚ ਸੈਂਸਰ ਲੱਗਾ ਹੋਇਆ ਸੀਗਾ, ਅਤੇ ਉਹ ਸੈਂਸਰ ਦੇ ਹੁਣ ਲੱਗਣ ਦੇ ਕਾਰਨ ਉਹਨਾਂ ਨੂੰ ਜਾਂ ਤਾਂ ਪਤਾ ਨਹੀਂ ਲੱਗਾ ਜਾਂ ਫਿਰ ਉਹਨਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਕਲੱਚ ਦੱਬਿਆ ਅਤੇ ਗੱਡੀ ਸਟਾਰਟ ਹੋ ਗਈ। ਜਦੋਂ ਸਟਾਰਟ ਹੋਈ ਇਹਨੇ ਭੱਜ ਕੇ ਜਦੋਂ ਮੁੰਡੇ ਬਾਰੀ ਖੋਲ੍ਹੀ ਨੇ ਜਿੱਧਰ ਨੌਂਹ ਬੈਠੀ ਸੀਗੀ ਅਤੇ ਉਹ ਨੌਂਹ ਨੂੰ ਦੇਖਿਆ ਵੀ ਅੰਦਰ ਚੁੱਕ ਕੇ ਅੰਦਰ ਗੱਡੀ ਦੇ ਵਿੱਚ 3-4 ਬੈਠੇ ਸੀ ਚੋਰ ਜਾਂ ਚੱਕੇ ਸਮਝ ਲਓ, ਅਤੇ ਉਹਨਾਂ ਨੇ ਗੱਡੀ ਨੂੰ ਜਦੋਂ ਸੈੱਲ ਮਾਰੀ ਅਤੇ ਉਹ ਗੱਡੀ ਕਲੱਚ ਦੱਬਣ ਨਾਲ ਸਟਾਰਟ ਹੋ ਗਈ। ਜਦੋਂ ਸਟਾਰਟ ਹੋਈ ਅਤੇ ਉਹ ਮੁੰਡਿਆਂ ਨੇ ਗੱਡੀ ਨੂੰ ਉਹਨੇ ਪਿੱਛੇ ਬੈਠੇ ਚੋਰਾਂ ਨੇ ਜਾਂ ਠੱਗਾਂ ਨੇ ਸਮਝ ਲਓ, ਉਹਨਾਂ ਨੇ ਕਿਹਾ ਗੱਡੀ ਭਜਾ ਲਓ। ਜਦੋਂ ਗੱਡੀ ਭਜਾਈ ਅਤੇ ਉਹ ਫਿਰ ਇਹਨਾਂ ਨੇ ਮੁੰਡਾ ਸਾਡਾ ਉਹਦੀ ਬਾਂਹ ਫੜੀ ਸੀ ਘਰ ਵਾਲੀ ਦੀ, ਇਹਨੇ ਦੇਖਿਆ ਵੀ ਗੱਡੀ ਬਹੁਤ, ਉਹਨੇ ਕਿਹਾ ਸਪੀਡ ਫੜ ਲਾ ਗੱਡੀ 'ਚ ਭਜਾ ਲਾ। ਜਦੋਂ ਭਜਾਇਆ ਅਤੇ ਉਹ ਗੱਡੀ ਦੀ ਬਾਂਹ ਫੜੀ ਤਾਂ ਬਾਂਹ ਤੋਂ ਖਿੱਚ ਕੇ ਇਹਨੇ ਬਾਹਰ ਖਿੱਚ ਲਿਆ, ਬਾਹਰ ਖਿੱਚਿਆ ਅਤੇ ਬਾਹਰ ਖਿੱਚਣ ਦੇ ਨਾਲ ਹੀ ਉਹ ਫਿਰ ਤੇਜ਼ ਗੱਡੀ ਦੇ ਵਿੱਚ ਇਹਨਾਂ ਦੇ ਦੋਨੋਂ ਸੜਕ 'ਤੇ ਡਿੱਗ ਪਏ। ਜਦੋਂ ਡਿੱਗੇ ਤਾਂ ਇਹਨਾਂ ਦੇ ਸੱਟਾਂ ਬਾਹਾਂ, ਇਹਨਾਂ ਦੀ ਬਾਹਾਂ ਲੱਤਾਂ ਛਿਲੀਆਂ ਗਿਆ, ਮੁੰਡੇ ਦਾ ਬਾਂਹ ਦਾ ਮਾਸ ਫਟ ਗਿਆ। ਹੁਣ ਅਸੀਂ ਬੇਨਤੀ ਇਹ ਕਰਦੇ ਹਾਂ
ਕਿ ਪੁਲਿਸ ਨੇ ਆਪਣੀ ਪੁਲਿਸ ਨੂੰ ਅਸੀਂ ਕੰਪਲੇਂਟ ਪਾਈ ਹੋਈ ਹੈ ਔਰ ਦਿੱਤੀ ਹੋਈ ਹੈ। ਪੁਲਿਸ ਨੇ ਆਪਣੀ ਕਾਰਵਾਈ ਕਾਫੀ ਹੱਦ ਤੱਕ ਸਾਡੇ ਪਰਚਾ ਦਰਜ ਕਰਕੇ ਕਰਤੀ ਹੈ। ਬਾਕੀ ਰਹੀ ਗੱਲ ਹੈ ਸਾਨੂੰ ਹੁਣ ਉਹਨਾਂ ਨੂੰ ਫੜ ਕੇ ਅਤੇ ਗੱਡੀ ਸਾਡੀ ਵਾਪਸ ਮਿਲ ਜਾਵੇ ਅਤੇ ਸਾਨੂੰ ਇਨਸਾਫ ਮਿਲ ਜਾਵੇ। ਕੀ ਲੱਗਦਾ ਕੀ ਮਨਸ਼ਾ ਹੋ ਸਕਦੀ ਹੈ ਬੰਦੇ ਕਿਤੇ ਤੁਹਾਨੂੰ ਲੱਗਦਾ ਵੀ ਜਾਣੇ ਪਛਾਣੇ ਹੋ ਸਕਦੇ? ਨਹੀਂ ਨਹੀਂ ਬੰਦੇ ਜਾਣੇ ਪਛਾਣੇ ਨਹੀਂ ਹੈਗੇ। ਬਾਕੀ ਰਹੀ ਗੱਲ ਆ ਪੁਲਿਸ ਆਪਣਾ ਜਿਹੜਾ ਉਹਨੇ ਆਪਣੀ ਕਾਰਵਾਈ ਜਾਰੀ ਰੱਖੀ ਹੋਈ ਹੈ। ਹਾਂਜੀ ਸਾਨੂੰ ਇਨਸਾਫ ਮਿਲਣ ਦੀ ਬਹੁਤ ਛੇਤੀ ਸੰਭਾਵਨਾ। 14 ਤਰੀਕ ਨੂੰ 8:45 'ਤੇ ਸਰ ਆਪਾਂ ਜਵਾਹਰਲਾਲ ਕੈਂਪ ਦੇ ਵਿੱਚ ਗਏ ਹਾਂ ਅਤੇ ਉੱਥੇ ਸਰ ਮੈਂ ਮੋਦੀ ਦਵਾਖਾਨਾ ਹੈਗਾ ਉੱਥੋਂ ਮੈਂ ਮੈਡੀਸਨ ਲੈਣ ਗਿਆ ਸੀ ਅਤੇ ਉੱਥੇ ਦੇਖਿਆ ਤਾਂ ਮੈਡੀਸਨ ਦੁਕਾਨ ਸ਼ੋਪ ਬੰਦ ਸੀਗੀ, ਕਲੋਜ਼ ਸੀਗੀ ਅਤੇ ਮੈਂ ਫਿਰ ਉਸ ਤੋਂ ਬਾਅਦ ਬਰਗਰ ਦਾ ਔਡਰ ਦੇਣ ਲੱਗੇ। ਗੱਡੀ ਮੇਰੀ ਬਿਲਕੁਲ ਬਰਗਰ ਵਾਲਿਆਂ ਦੇ ਬਿਲਕੁਲ ਸਾਹਮਣੇ ਖੜੀ ਸੀ, ਓਪੋਜ਼ਿਟ ਨਾਲ ਹੀ ਬਿਲਕੁਲ ਉੱਪਰ। ਅਤੇ ਉੱਥੇ ਸਰ 4 ਅਣਪਛਾਤੇ ਬੰਦੇ ਆਏ ਔਰ ਗੱਡੀ 'ਚ ਵਿੱਚ ਬਹਿ ਗਏ ਔਰ ਮੇਰੀ ਵਾਈਫ ਦਾ ਮੂੰਹ ਫੜਿਆ ਅਤੇ ਕੋਈ 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 ਹਥਿਆਰ ਫੜਿਆ ਹੋਇਆ ਸੀ ਉਹਨਾਂ ਨੇ ਅਤੇ ਜਿੰਨੀ ਦੇਰ ਨੂੰ ਉਹਨੇ ਸਰ ਹਥਿਆਰ ਫੜਿਆ ਸੀ ਉੰਨੀ ਦੇਰ ਨੂੰ ਗੱਡੀ ਸੈਲਫ ਦੀ ਆਵਾਜ਼ ਆਈ। ਮੈਂ ਤਾਂ ਸਰ ਮੁੜ ਕੇ ਦੇਖਿਆ ਅਤੇ ਮੈਨੂੰ ਸਰ ਮੈਂ ਲੱਗਿਆ ਕਿ ਪਤਨੀ ਕੌਣ ਆ ਗਿਆ ਅਤੇ ਇੱਕਦਮ ਸਰ ਮੈਂ ਖੋਲ੍ਹਿਆ ਟਾਕੀ ਖੋਲ੍ਹਣ ਲੱਗਿਆ ਅਤੇ ਮੈਂ ਆਪਦੀ ਵਾਈਫ ਦੀ ਬਾਂਹ ਫੜੀ, ਮੈਂ ਵਾਈਫ ਦੀ ਬਾਂਹ ਫੜ ਕੇ ਬਾਹਰ ਖਿੱਚਣ ਲੱਗਿਆ ਉੰਨੀ ਦੇਰ ਨੂੰ ਗੱਡੀ ਸਟਾਰਟ ਕਰਕੇ ਖਿੱਚ ਕੇ ਲੈ ਗਏ ਸਾਨੂੰ ਘੜੀਸ ਦੇ ਨਾਲ ਲੈ ਗਏ। ਹਾਂਜੀ ਅਤੇ ਬੰਦੇ ਤੁਹਾਨੂੰ ਲੱਗਦਾ ਜਾਣ? ਨਹੀਂ ਸਰ ਸਰ ਬੰਦੇ ਅਣਪਛਾਤੇ ਸੀਗੇ, ਮੈਂ ਕਿਸੇ ਨੂੰ ਨਹੀਂ ਕੋਈ ਜਾਣ ਪਛਾਣ ਸੀ, 4 ਬੰਦੇ ਸੀ ਸਰ। ਆਪਣੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ। ਅਤੇ ਤੁਸੀਂ ਕੋਈ ਪੁਲਿਸ ਅਧਿਕਾਰੀ ਨੂੰ ਮਿਲੇ, ਕੋਈ ਕੰਪਲੇਂਟ ਦਿੱਤੀ? ਸਰ ਕੰਪਲੇਂਟ ਦਿੱਤੀ ਹੈ ਜੀ, FIR ਦਰਜ ਹੋਈ ਹੈ ਉਹਨਾਂ ਦੇ ਖਿਲਾਫ ਜਿਹੜੇ ਸੀਗੇ ਆਪਣੇ ਜਿਨ੍ਹਾਂ ਨੇ ਸਰ ਕਾਂਡ ਕੀਤਾ ਆਪਣਾ। ਅਤੇ ਕੀ ਮੰਗ ਕਰਦੇ ਹੋ? ਸਰ ਮੰਗ ਇਹੀ ਕਰਦੇ ਹਾਂ ਕਿ ਮਤਲਬ ਸਾਡੀ ਗੱਡੀ ਸਾਨੂੰ ਦਿਲਾਈ ਜਾਵੇ, ਮਤਲਬ ਅਸੀਂ ਆਪਣਾ ਇਹੀ ਕਰਦੇ ਹਾਂ ਕਿ ਸਾਨੂੰ ਇਨਸਾਫ ਇਹ ਮਿਲੇ ਕਿ ਸਾਡੀ ਗੱਡੀ ਜਲਦ ਤੋਂ ਜਲਦ ਟਰੇਸ ਹੋਵੇ ਅਤੇ ਸਾਨੂੰ ਗੱਡੀ ਵਾਪਸ ਮਿਲੇ। ਗੱਡੀ ਦਾ ਸਰ ਨੰਬਰ ਹੈ PB22H6209, I20 ਗੱਡੀ ਹੈ ਜੀ, ਵਾਈਟ ਕਲਰ। ਹਾਂਜੀ ਸਰ SP ਸਰ ਆਪਣੇ ਹੈਗੇ ਨੇ ਭੁੱਲਰ ਸਾਹਿਬ, ਉਹਨਾਂ ਨੂੰ ਵੀ ਮਿਲੇ ਹਾਂ ਜੀ। ਹਾਂ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ ਤੁਹਾਡੀ ਗੱਡੀ ਕਿਤੇ ਨਹੀਂ, ਅਸੀਂ ਹੈਗੇ ਹਾਂ, ਜਦੋਂ ਤੱਕ ਅਸੀਂ ਹੈਗੇ ਹਾਂ ਤੁਹਾਡੀ ਗੱਡੀ ਟਰੇਸ ਵੀ ਹੋਵੇਗੀ, ਤੁਹਾਨੂੰ ਗੱਡੀ ਵੀ ਮਿਲੇਗੀ।